ਸਤ੍ਰਕਾਲ ਪੀਐਨਸੀ ਅੰਦੇਖਰੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਇਸ ਸਮੇਂ ਮੈਂ ਕੁਝ ਅਹਿਮ ਖਬਰਾਂ ਦੀ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਲਾਨ ਕੀਤਾ ਗਿਆ ਜਿਸ ਮੁਤਾਬਕ ਜੋ ਟਰੈਵਲ ਦੇ ਵਾਸਤੇ ਰੋਕ ਲਗਾਈ ਗਈ ਸੀ ਉਸ ਨੂੰ ਹੁਣ ਕਿੱਥੋਂ ਤੱਕ ਵਧਾਇਆ ਗਿਆ ਉਸ ਦੀ ਜਾਣਕਾਰੀ ਦਿੱਤੀ ਗਈ ਹੈ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ 31 ਅਕਤੂਬਰ ਯਾਨੀ ਕਿ ਹੈਲੋਵੀਨ ਤੱਕ ਇਹ ਰੋਕ ਇਸੇ ਤਰ੍ਹਾਂ ਜਾਰੀ ਰਹੇਗੀ ਜਿਸ ਦੇ ਵਿੱਚ ਕੈਨੇਡਾ ਦੇ ਵਿੱਚ ਆਉਣ ਦੀ ਇਜਾਜ਼ਤ ਸਿਰਫ ਉਹਨਾਂ ਨੂੰ ਹੀ ਹੈ ਜਿਨ੍ਹਾਂ ਨੂੰ ਹੁਣ ਤੱਕ ਦਿੱਤੀ ਗਈ ਸੀ ਜਿਸ ਦੇ ਵਿੱਚ ਜੋ ਪੀਆਰ ਨੇ ਸਿਟੀਜ਼ਨ ਨੇ ਉਹ ਆਉਂਦੇ ਨੇ ਉਹਨਾਂ ਦੇ ਮਾਪੇ ਆਉਂਦੇ ਨੇ ਜਾਂ ਫਿਰ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਤੇ ਉਹਨਾਂ ਦੇ ਕੋਲ ਇੱਕ ਠੋਸ ਕਾਰਨ ਹੈ ਕਿ ਉਹ ਇੱਥੇ ਕੰਮ ਉਹਨਾਂ ਦੇ ਕੋਲ ਹੈਗਾ ਤਾਂ ਉਹਨਾਂ ਦਾ ਆਉਣਾ ਜ਼ਰੂਰੀ ਹੈ ਤਾਂ ਉਹ ਆ ਸਕਦੇ ਨੇ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਦਾ 18 ਮਾਰਚ ਤੋਂ ਪਹਿਲਾਂ ਜੋ ਸਟੱਡੀ ਪਰਮਿਟ ਆ ਗਿਆ ਸੀ ਤੇ ਉਹਨਾਂ ਦੇ ਕਾਲਜ ਤੋਂ ਲੈਟਰ ਵੀ ਹੈ ਉਹਨਾਂ ਕੋਲ ਕਿ ਉਹਨਾਂ ਦੀ ਜੋ ਪ੍ਰੈਕਟੀਕਲ ਕੰਮ ਦੇ ਵਾਸਤੇ ਉਹਨਾਂ ਨੂੰ ਕੈਨੇਡਾ ਆਉਣਾ ਹੀ ਪੈਣਾ ਹੈ ਉਹ ਆ ਸਕਦੇ ਨੇ ਇਸੇ ਨਾਲ ਹੀ ਜੋ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਹੈ ਉਸ ਦੇ ਉੱਤੇ ਪੂਰੀ ਜੋ ਸੂਚੀ ਹੈ ਉਹ ਮੌਜੂਦ ਹੈ ਕਿ ਕਿਹੜੇ ਆ ਸਕਦੇ ਨੇ ਸਾਰਿਆਂ ਦੇ ਵਾਸਤੇ ਹਜੇ ਉਹਨਾਂ ਦੇ ਟਰੈਵਲ ਕਰਨ ਨੂੰ ਲੈ ਕੇ ਨਹੀਂ ਖੋਲਿਆ ਗਿਆ ਹੈ ਤੇ ਇਹ ਅਕਤੂਬਰ 31 ਤੱਕ ਤਾਂ ਜਾਰੀ ਰਹੇਗਾ ਹੀ ਇਸ ਦੇ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ ਇਸ ਨਾਲ ਹੀ ਜਾਣਕਾਰੀ ਇਹ ਵੀ ਹੈ ਕਿ ਅਕਤੂਬਰ ਦੇ ਅੰਤ ਤੱਕ ਜਿੱਥੇ ਇੱਕ ਪਾਸੇ ਜੋ 31 ਅਕਤੂਬਰ ਦੀ ਗੱਲ ਇਹ ਕਹੀ ਗਈ ਹੈ ਤਾਂ ਉਸ ਤੋਂ ਬਾਅਦ ਜਿੱਥੇ ਇੱਕ ਪਾਸੇ ਇਹ ਵੱਡੀ ਜਾਣਕਾਰੀ ਅਕਤੂਬਰ ਦੇ ਅੰਤ ਵਿੱਚ ਸਾਹਮਣੇ ਆ ਸਕਦੀ ਹੈ ਕਿ 31 ਅਕਤੂਬਰ ਤੋਂ ਬਾਅਦ ਵੀ ਟਰੈਵਲ ਦੇ ਉੱਤੇ ਲੱਗੀ ਰੋਕ ਜਾਰੀ ਰਹੇਗੀ ਜਾਂ ਨਹੀਂ ਤਾਂ ਨਾਲ ਹੀ ਅਕਤੂਬਰ ਦੇ ਅੰਤ ਵਿੱਚ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਗੱਲ ਦਾ ਵੀ ਐਲਾਨ ਕੀਤਾ ਜਾਣਾ ਹੈ ਕਿ ਸਾਲ 2021 ਤੋਂ ਲੈ ਕੇ ਸਾਲ 20 2023 ਦੇ ਵਿੱਚ ਕਿੰਨੇ ਇਮੀਗ੍ਰੈਂਟ ਨੇ ਜੋ ਕੈਨੇਡਾ ਦੇ ਵਿੱਚ ਬੁਲਾਏ ਜਾਣੇ ਨੇ ਕਿੰਨਾ ਜਿਹੜਾ ਟੀਚਾ ਰੱਖਿਆ ਜਾਣਾ ਹੈ ਜਿਸ ਮੁਤਾਬਕ ਅਗੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੰਮ ਕੀਤਾ ਜਾਵੇਗਾ ਇਸ ਬਾਰੇ ਜਦੋਂ ਹੀ ਜਾਣਕਾਰੀ ਸਾਹਮਣੇ ਆਉਂਦੀ ਹੈ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਇਸ ਦਰਾਂ ਲਈ ਅਗਲੀ ਜਾਣਕਾਰੀ ਸੀਈਆਰਬੀ ਦੇ ਬਾਰੇ ਹੈ ਜਿਵੇਂ ਕਿ ਸੀਈਆਰਬੀ ਦੀ ਮਦਦ ਤਾਂ ਬੰਦ ਹੋ ਗਈ ਹੈ ਤੇ ਨਾਲ ਹੀ ਹੁਣ ਜਿਹੜੇ ਈਏ ਦੇ ਵਾਸਤੇ ਯੋਗਤਾ ਰੱਖਦੇ ਨੇ ਉਸ ਮੁਤਾਬਕ ਮਦਦ ਦਿੱਤੀ ਜਾਣੀ ਹੈ ਤੇ ਜਿਹੜੇ ਯੋਗਤਾ ਨਹੀਂ ਰੱਖਦੇ ਉਹਨਾਂ ਨੂੰ ਜੋ ਵੱਖੋ-ਵੱਖਰੇ ਤਿੰਨ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਅਸੀਂ ਪਹਿਲਾਂ ਵੀ ਕਈ ਵਾਰ ਜਾਣਕਾਰੀ ਦੇ ਚੁੱਕੇ ਹਾਂ ਉਹਨਾਂ ਦੇ ਮੁਤਾਬਕ ਮਦਦ ਮਿਲੇਗੀ ਤੇ ਇਸ ਵਾਸਤੇ ਅਪਲਾਈ ਵੀ ਕਰਨਾ ਪਵੇਗਾ EI ਦੇ ਲਈ ਸਰਵਿਸ ਕੈਨੇਡਾ ਦੇ ਰਾਹੀਂ ਅਪਲਾਈ ਕਰਨਾ ਪਵੇਗਾ ਜਿਹੜੇ ਜਿਨ੍ਹਾਂ ਦਾ ਖੁਦ ਟਰਾਂਜੀਸ਼ਨ ਨਹੀਂ ਹੋਈ ਹੈਗੀ ਤੇ ਨਾਲ ਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਵਰਕ ਪਰਮਿਟ ਤੇ ਨੇ ਉਹਨਾਂ ਨੂੰ ਵੀ ਅਪਲਾਈ ਹੀ ਕਰਨਾ ਪਵੇਗਾ ਇੱਥੇ ਤੁਹਾਨੂੰ ਉਸ ਸਵਾਲ ਦਾ ਜਵਾਬ ਵੀ ਨਾਲ ਹੀ ਇਸ ਰਿਪੋਰਟ ਵਿੱਚ ਦਵਾਂਗੇ ਕਿ EI ਦੇ ਵਾਸਤੇ ਆਪਣੀ ਐਲੀਜੀਬਿਲਟੀ ਨੂੰ ਬਣਾਈ ਰੱਖਣ ਦੇ ਵਾਸਤੇ ਤੁਹਾਨੂੰ ਕੀ ਕਰਨਾ ਪਵੇਗਾ ਜਿਹੜੇ ਵਿਅਕਤੀ EI ਦੇ ਵਾਸਤੇ ਯੋਗਤਾ ਰੱਖਦੇ ਨੇ ਉਹਨਾਂ ਦੇ ਵਿੱਚੋਂ ਬਹੁਤਿਆਂ ਦੀ CEAB ਤੋਂ EI ਦੇ ਵਾਸਤੇ ਟਰਾਂਜੀਸ਼ਨ ਆਪਣੇ ਆਪ ਹੋ ਜਾਣੀ ਹੈ ਪਰ ਜਿਨ੍ਹਾਂ ਨੂੰ ਖੁਦ ਅਪਲਾਈ ਕਰਨਾ ਪੈਣਾ ਹੈ ਉਹ ਉਹ ਨਹੀਂ ਜਿਨ੍ਹਾਂ ਨੇ ਸੀਆਰਏ ਦੇ ਰਾਹੀਂ ਸੀਈਆਰਬੀ ਦੇ ਲਈ ਅਪਲਾਈ ਕੀਤਾ ਸੀ ਜਾਂ ਫਿਰ ਜਿਹੜੇ ਕਿ 900 ਯਾਨੀ ਕਿ 900 ਸੀਰੀਜ਼ ਦੇ ਸਿੰਨ ਨੰਬਰਸ ਦੇ ਨਾਲ ਮੌਜੂਦ ਨਹੀਂ ਯਾਨੀ ਕਿ ਜਿੰਨੇ ਵੀ ਟੈਂਪਰੇਰੀ ਫੋਰਨ ਵਰਕਰਸ ਨੇ ਯਾਨੀ ਕਿ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ ਤੇ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਸੀਈਆਰਬੀ ਦੀ ਮਦਦ ਲੈ ਰਹੇ ਸੀ ਉਹਨਾਂ ਦਾ ਖੁਦ ਟਰਾਂਜੀਸ਼ਨ ਨਹੀਂ ਹੋਣੀ ਉਹਨਾਂ ਨੂੰ ਅਪਲਾਈ ਕਰਨਾ ਪੈਣਾ ਤੇ ਨਾਲ ਹੀ ਜਿਹੜੇ ਸੈਲਫ এমਪਲoyed ਨੇ ਜਿਹੜੇ ਕਿ EI ਦੇ ਵਾਸਤੇ ਯੋਗਤਾ ਨਹੀਂ ਰੱਖਦੇ ਹੁੰਦੇ ਪਰ ਉਹਨਾਂ ਦੇ ਵਾਸਤੇ ਵੀ ਜੋ ਮਦਦ ਐਲਾਨੀ ਗਈ ਹੈ ਉਹਨਾਂ ਨੂੰ ਵੀ ਸਰਵਿਸ ਕੈਨੇਡਾ ਦੇ ਰਾਹੀਂ ਅਪਲਾਈ ਕਰਨਾ ਪੈਣਾ ਹੈ ਜਿਸ ਦੇ ਵਿੱਚ ਜਿਵੇਂ ਕਿ ਪਹਿਲਾਂ ਦੱਸਿਆ ਕਿ ਜਿਨ੍ਹਾਂ ਨੇ CRA ਦੇ ਰਾਹੀਂ CEARB ਅਪਲਾਈ ਕੀਤੀ ਸੀ ਉਹਨਾਂ ਨੂੰ ਮੁੜ ਤੋਂ ਅਪਲਾਈ ਕਰਨਾ ਪੈਣਾ ਪਰ ਉਹਨਾਂ ਦੇ 120 ਘੰਟੇ ਹੋਏ ਹੋਣ ਚਾਹੀਦੇ ਹਨ ਕੰਮ ਦੇ ਤੇ ਨਾਲ ਹੀ ਜੋ ਯੋਗਤਾ ਰੱਖਣ ਦੇ ਵਾਸਤੇ ਇਸ ਦੇ ਵਿੱਚ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕੀਤੀ ਗਈ ਹੋਣੀ ਚਾਹੀਦੀ ਹੈ ਯਾਨੀ ਕਿ ਉਹ ਐਲੀਜੀਬਲ ਹੋਣ ਉਸ ਦੇ ਵਾਸਤੇ ਤੇ ਨਾਲ ਹੀ CRA ਦੇ ਅਫੀਸ਼ੀਅਲਸ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਕਰੀਬ 4 ਲੱਖ ਵਿਅਕਤੀ ਇਸ ਦੇ ਅਧੀਨ ਆਉਂਦੇ ਨੇ ਇੱਥੇ ਜ਼ਿਕਰ ਹੋ ਗਿਆ ਕਿ EIA ਦੀ ਜੋ ਪੇਮੈਂਟ ਹੁੰਦੀ ਹੈ ਜਦੋਂ ਕਿਸਦਾ ਕੰਮ ਚੱਲਿਆ ਜਾਂਦਾ ਹੈ ਤਾਂ 2 ਹਫ਼ਤੇ ਤੋਂ ਬਾਅਦ ਉਹ ਪੇਮੈਂਟ ਆਉਣੀ ਸ਼ੁਰੂ ਹੁੰਦੀ ਹੈ ਤਾਂ ਇਸ ਦੇ ਮੁਤਾਬਕ ਜੋ CEARB ਤੋਂ EIA ਦੇ ਵਾਸਤੇ ट्रांजिशन ਹੋ ਰਹੀ ਹੈ ਉਸ ਦੇ ਵਾਸਤੇ ਜਿਹੜੀਆਂ ਪੇਮੈਂਟਸ ਨੇ ਉਹ ਅਕਤੂਬਰ 11 ਤੋਂ ਆਉਣੀਆਂ ਸ਼ੁਰੂ ਹੋਣਗੀਆਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਜਿਵੇਂ ਕਿ 80% ਕੈਨੇਡੀਅਨ ਨੇ ਜੋ ਉਹ ਡਾਇਰੈਕਟ ਡਿਪੋਜ਼ਿਟ ਦੀ ਵਰਤੋਂ ਕਰਦੇ ਨੇ ਜਿਸ ਕਰਕੇ ਉਹਨਾਂ ਦੀ ਜੋ ਪੇਮੈਂਟ ਹੈ ਉਹ ਅਕਤੂਬਰ 14 ਦੇ ਕਰੀਬ ਆ ਜਾਵੇਗੀ ਜੋ ਕਿ ਜਦੋਂ ਕੋਈ ਐਲਿਜੀਬਲ ਹੋ ਜਾਂਦਾ ਹੈ EI ਦੇ ਵਾਸਤੇ ਉਸ ਤੋਂ 3 ਦਿਨ ਦੇ ਬਾਅਦ ਆਉਂਦੀ ਹੈ ਹੁਣ ਉਹਨਾਂ ਦੇ ਬਾਰੇ ਜਾਣਕਾਰੀ ਜਿਹੜੇ EI ਦੇ ਵਾਸਤੇ ਯੋਗਤਾ ਨਹੀਂ ਰੱਖਦੇ ਜਦਕਿ ਉਹਨਾਂ ਦੇ ਵਾਸਤੇ ਵੀ 500 ਡਾਲਰ ਪ੍ਰਤੀ ਹਫ਼ਤੇ ਦੇ ਹਿਸਾਬ ਦੇ ਨਾਲ ਮਦਦ ਦਿੱਤੇ ਜਾਣ ਦੀ ਗੱਲ ਹੋਈ ਹੈ ਉਹਨਾਂ ਨੂੰ ਕੈਨੇਡਾ ਰਿਕਵਰੀ ਬੈਨੇਫਿਟ ਦੇ ਅਧੀਨ ਮਿਲਣੀ ਹੈ ਕੈਨੇਡਾ ਰਿਕਵਰੀ ਬੈਨੀਫਿਟ ਦੇ ਅਧੀਨ ਉਹਨਾਂ ਨੂੰ ਮਦਦ ਮਿਲਣੀ ਹੈ ਜਿਹੜੇ ਕਿ ਸੈਲਫ ਇੰਪਲੋਇਡ ਨੇ ਜਾਂ ਫਿਰ ਉਹ ਕਾਮੇ ਨੇ ਜੋ EI ਦੇ ਲਈ ਯੋਗਤਾ ਨਹੀਂ ਰੱਖਦੇ ਉਸ ਤੋਂ ਬਾਅਦ ਹੈ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਇਸ ਦੇ ਅਧੀਨ ਉਹਨਾਂ ਨੂੰ ਮਦਦ ਮਿਲਣੀ ਹੈ ਜਿਹੜੇ ਕਿ ਕੋਵਿਡ-19 ਦੇ ਕਰਕੇ ਬਿਮਾਰ ਹੋ ਗਏ ਜਾਂ ਫਿਰ ਉਹਨਾਂ ਨੇ ਖੁਦ ਨੂੰ ਆਈਸੋਲੇਟ ਕੀਤਾ ਹੋਇਆ ਕੋਵਿਡ-19 ਦੇ ਕਰਕੇ ਤੇ ਤੀਜੀ ਜੋ ਇਸ ਦੇ ਵਿੱਚ ਹੈ ਉਹ ਹੈ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਇਹ ਉਹਨਾਂ ਨੂੰ ਮਿਲਣੀ ਹੈ ਜੋ ਇਸ ਕਰਕੇ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਆਪਣੇ ਬੱਚੇ ਜਾਂ ਫਿਰ ਉਹਨਾਂ ਦੇ ਉੱਤੇ ਕੋਈ ਨਿਰਭਰ ਕਰਦਾ ਹੈ ਕੋਵਿਡ-19 ਦੇ ਕਰਕੇ ਉਸ ਦਾ ਧਿਆਨ ਰੱਖਣਾ ਪੈ ਰਿਹਾ ਜਿਸ ਕਰਕੇ ਉਹ ਕੰਮ ਤੇ ਨਹੀਂ ਜਾ ਸਕਦੇ ਉਹ ਫਿਰ ਇਸ ਪ੍ਰੋਗਰਾਮ ਦੇ ਅਧੀਨ ਜੋ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਹੈ ਮਦਦ ਲੈ ਸਕਦੇ ਨੇ ਹੁਣ ਇੱਥੇ ਸਵਾਲ ਇਹ ਵੀ ਆਉਂਦੇ ਨੇ ਕਿ EI ਦੇ ਵਾਸਤੇ ਲਗਾਤਾਰ ਕੰਮ ਵਿੱਚ ਯੋਗਤਾ ਰੱਖਣ ਇਹ ਕਿਵੇਂ ਹੋ ਸਕਦਾ ਹੈ ਉਹ ਇਸ ਤਰ੍ਹਾਂ ਹੋ ਸਕਦਾ ਹੈ ਕਿ ਲਗਾਤਾਰ ਉਹਨਾਂ ਦੇ ਵੱਲੋਂ ਨੌਕਰੀ ਲੱਭਣੀ ਜਾਰੀ ਰੱਖੀ ਜਾਵੇ ਕਿ ਉਹ ਇਹ ਨਹੀਂ ਹੈ ਕਿ ਬਸ ਸਰਕਾਰ ਦੇ ਵੱਲੋਂ ਮਦਦ ਆ ਰਹੀ ਹੈ ਤੇ ਉਸ ਤਰ੍ਹਾਂ ਉਹ ਮਦਦ ਲੈ ਕੇ ਵਿਲੇ ਬੈਠੇ ਨੇ ਉਹਨਾਂ ਦੇ ਵੱਲੋਂ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਵੱਖੋ-ਵੱਖਰੇ এমਪਲॉयर्स ਦੇ ਨਾਲ ਸੰਪਰਕ ਕੀਤਾ ਗਿਆ ਹੋਣਾ ਚਾਹੀਦਾ ਹੈ ਆਪਣਾ ਰੈਜ਼ume ਤਿਆਰ ਕੀਤਾ ਗਿਆ ਹੋਣਾ ਚਾਹੀਦਾ ਹੈ ਜਾਂ ਕਵਰ ਲੈਟਰ ਇਸੇ ਨਾਲ ਹੀ ਵੱਖੋ-ਵੱਖਰੇ ਜੌਬ ਬੈਂਕਸ ਦੇ ਵਿੱਚ ਸਰਚਿੰਗ ਤੇ ਨਾਲ ਹੀ ਰਜਿਸਟ੍ਰੇਸ਼ਨ ਕੀਤੀ ਗਈ ਹੋਣੀ ਚਾਹੀਦੀ ਹੈ ਕਿ ਉਹ ਨੌਕਰੀ ਲੱਭ ਰਹੇ ਨੇ ਨੌਕਰੀ ਦੀ ਭਾਲ ਕਰ ਰਹੇ ਨੇ ਪਰ ਉਹਨਾਂ ਨੂੰ ਮਿਲ ਨਹੀਂ ਰਹੀ ਤੇ ਜਿੰਨਾ ਚਿਰ ਉਹ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਉਹ ਮਦਦ ਸਰਕਾਰ ਤੋਂ ਲੈ ਸਕਦੇ ਨੇ ਅਗਲੀ ਖਬਰ ਹੈ ਕੈਨੇਡਾ ਭਰ ਵਿੱਚ ਕੋਵਿਡ-19 ਦੇ ਜੋ ਕੁਲਾਜ ਮਾਮਲੇ ਸਾਹਮਣੇ ਆਏ ਨੇ ਤੇ ਹੁਣ ਤੱਕ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਉਸ ਦੇ ਬਾਰੇ ਤੁਹਾਨੂੰ ਦੱਸ ਦਿਆ ਕੈਨੇਡਾ ਭਰ ਵਿੱਚ ਅੱਜ ਕੋਵਿਡ-19 ਦੇ 1657 ਕੁੱਲ ਨਵੇਂ ਮਾਮਲੇ ਸਾਹਮਣੇ ਆਏ ਨੇ ਮੰਗਲਵਾਰ ਦੇ ਇਹ ਅੰਕੜੇ ਨੇ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ 156794 ਕੁੱਲ ਕੋਵਿਡ-19 ਦੇ ਮਾਮਲੇ ਹੋ ਚੁੱਕੇ ਨੇ ਵੱਖ-ਵੱਖਰੇ ਸੂਬਿਆਂ ਤੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ 13 ਨਵੀਆਂ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਕੈਨੇਡਾ ਭਰ ਵਿੱਚ ਕੋਵਿਡ-19 ਦੇ ਕਰਕੇ ਹੋਈਆਂ ਮੌਤਾਂ ਦੀ ਗਿਣਤੀ ਹੈ ਜੋ ਉਹ 9291 ਤੱਕ ਪਹੁੰਚ ਚੁੱਕੀ ਹੈ ਵੱਖ-ਵੱਖਰੇ ਸੂਬਿਆਂ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਪਹਿਲਾਂ ਨਾਲੋਂ ਕੋਵਿਡ-19 ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਨੇ ਅੱਜ ਹੀ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ థਰੇਸਾ ਟੈਮ ਦੇ ਵੱਲੋਂ ਵੀ ਇਹੋ ਗੱਲ ਕਹੀ ਗਈ ਹੈ ਕਿ ਹਰ ਰੋਜ਼ ਕੇਸਾਂ ਦੀ ਜੋ ਔਸਤ ਹੈ ਉਹ ਅਪ੍ਰੈਲ ਦੀ ਤਰ੍ਹਾਂ ਹੀ ਜਾ ਰਹੀ ਹੈ ਇਸ ਸਮੇਂ ਕਿਉਂਕਿ ਇਸ ਸਮੇਂ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ 7 ਦਿਨਾਂ ਤੋਂ ਔਸਤਨ 1412 ਮਾਮਲੇ ਕੋਵਿਡ-19 ਦੇ ਵਧੇ ਨੇ ਤੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਵੀ ਪਿਛਲੇ ਹਫਤੇ ਹੀ ਕਿਹਾ ਗਿਆ ਹੈ ਕਿ ਦੇਸ਼ ਭਰ ਦੇ ਵਿੱਚ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਸ ਕਰਕੇ ਹਦਾਇਤਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ ਤੇ ਇੱਕ ਦੂਜੇ ਦੀ ਤੇ ਆਪਣੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਅਗਲੀ ਖਬਰ ਚੋਣਾਂ ਨਾਲ ਸੰਬੰਧਤ ਹੈ ਸਸਕੈਚਵਨ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 26 ਅਕਤੂਬਰ ਨੂੰ VOTING ਹੋਣੀ ਹੈ ਤੇ ਇਸ ਦੇ ਬਾਰੇ ਕੀ ਜਾਣਕਾਰੀ ਹੈ ਉਹ ਤੁਹਾਨੂੰ ਹੁਣ ਦੱਸ ਦਿਆਂ। ਕੈਨੇਡਾ ਦੇ ਸੂਬੇ ਸਸਕੈਚਵਨ ਦੇ ਵਿੱਚ ਵੀ ਵੋਟਾਂ ਦਾ ਐਲਾਨ ਹੋ ਗਿਆ ਹੈ ਜਿੱਥੇ ਕਿ 26 ਅਕਤੂਬਰ ਨੂੰ ਹੁਣ ਚੋਣਾਂ ਹੋਣੀਆਂ ਨੇ ਜਿਸ ਤੋਂ ਬਾਅਦ ਸੂਬੇ ਦੀ ਨਵੀਂ ਸਰਕਾਰ ਚੁਣੀ ਜਾ ਸਕਦੀ ਹੈ। ਇਸ ਤਰ੍ਹਾਂ ਵੋਟਰਸ ਦੇ ਵੱਲੋਂ ਚਿੱਠੀ ਦੇ ਰਾਹੀਂ ਬਾਈ ਮੇਲ ਇਨ ਪਰਸਨ ਯਾਨੀ ਕਿ ਖੁਦ ਜਾ ਕੇ ਵੀ ਵੋਟ ਪਾਈ ਜਾ ਸਕਦੀ ਹੈ ਤੇ ਐਡਵਾਂਸ ਪੋਲਿੰਗ ਹੋਵੇਗੀ ਜਦੋਂ ਐਡਵਾਂਸ ਵਿੱਚ ਵੋਟਾਂ ਪੈਣੀਆਂ ਨੇ ਉਦੋਂ ਵੀ ਵੋਟਾਂ ਪਾਈਆਂ ਜਾ ਸਕਦੀਆਂ ਨੇ ਵੱਖੋ-ਵੱਖਰੇ ਤਰੀਕੇ ਨੇ ਸਸਕੈਚੂਅਨ ਦੇ ਵਿੱਚ ਅੱਜ ਹੀ ਐਲਾਨ ਹੋਇਆ ਤਾਂ ਉਸ ਤੋਂ ਬਾਅਦ ਸਸਕੈਚੂਅਨ ਪਾਰਟੀ ਦੇ ਲੀਡਰ ਸਕਾਟ ਦੇ ਵੱਲੋਂ ਅੱਜ ਹੀ ਰਜਾਇਨਾ ਤੋਂ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਇਸ ਤਰ੍ਹਾਂ ਉਨ੍ਹਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਇਹ ਸਵਾਲ ਪੁੱਛਿਆ ਗਿਆ ਕਿ ਸਸਕੈਚੂਅਨ ਦੀ ਇਕਨੋਮੀ ਨੂੰ ਯਾਨੀ ਕਿ ਆਰਥਿਕਤਾ ਨੂੰ ਮੁੜ ਤੋਂ ਲੀਤ ਲਿਆਉਣ ਦੇ ਵਾਸਤੇ ਲੋਕ ਕਿਸ ਦੇ ਉੱਤੇ ਵਿਸ਼ਵਾਸ ਰੱਖਦੇ ਨੇ ਦਰਸਲ ਕੋਵਿਡ-19 ਦੇ ਕਰਕੇ ਵੱਖੋ-ਵੱਖਰੇ ਸੂਬਿਆਂ ਦੇ ਵਿੱਚ ਸਮੇਂ ਜਿਹੜੀਆਂ ਹੁਣ ਚੋਣਾਂ ਵੀ ਹੋ ਰਹੀਆਂ ਨੇ ਉਸ ਦੇ ਵਿੱਚ ਚੋਣ ਮੁੱਦੇ ਵੀ ਇਸੇ ਨਾਲ ਸੰਬੰਧਿਤ ਜ਼ਿਆਦਾ ਨਹੀਂ ਕਿ ਆਰਥਿਕਤਾ ਨੂੰ ਕਿਵੇਂ ਮੁੜ ਤੋਂ ਲੀਤ ਲਿਆਉਣਾ ਹੈ ਤੇ ਕੋਵਿਡ-19 ਦੇ ਦੌਰਾਨ ਲੋਕਾਂ ਦੀ ਤੇ ਵੱਖੋ-ਵੱਖਰੇ ਵਪਾਰਾਂ ਦੀ ਮਦਦ ਕਿਵੇਂ ਕਰਨੀ ਹੈ ਇੱਥੇ ਜ਼ਿਕਰ ਹੋ ਗਿਆ ਕਿ ਇਸ ਸਮੇਂ ਸਸਕੈਚੁਆਨ ਪਾਰਟੀ ਦੀ ਸਰਕਾਰ ਹੈ ਸਸਕੈਚੁਆਨ ਦੇ ਵਿੱਚ ਤੇ ਨਾਲ ਹੀ ਸੂਬੇ ਦੇ ਵਿੱਚ ਇਹ 29ਵੀਂ ਸਰਕਾਰ ਬਣਨ ਜਾ ਰਹੀ ਹੈ ਜਿਸ ਦੇ ਬਾਰੇ ਅਕਤੂਬਰ 26 ਨੂੰ ਹੀ ਨਤੀਜੇ ਵੀ ਆ ਜਾਣਗੇ ਸੂਬੇ ਦੇ ਵਿੱਚ ਕੁੱਲ 61 ਐਮਐਲਏ ਦੀਆਂ ਸੀਟਾਂ ਨੇ ਜਿਨ੍ਹਾਂ ਦੇ ਵਿੱਚ ਬਹੁਮਤ ਦੇ ਵਾਸਤੇ 31 ਤੋਂ ਵੱਧ ਸੀਟਾਂ ਹੀ ਚਾਹੀਦੀਆਂ ਹੋਣਗੀਆਂ ਜਿਹਨੇ ਸਰਕਾਰ ਬਣਾਉਣੀ ਹੈ ਤੇ ਜੇਕਰ ਇਸ ਸਮੇਂ ਦੀ ਗੱਲ ਕਰੀਏ ਤਾਂ ਇਸ ਸਮੇਂ ਸਸਕੈਚੁਵਨ ਪਾਰਟੀ ਦੇ ਕੋਲ 46 ਸੀਟਾਂ ਨੇ ਜਿਨ੍ਹਾਂ ਦੀ ਇਸ ਸਮੇਂ ਸਰਕਾਰ ਹੈ ਤੇ ਨਾਲ ਹੀ ਐਨਡੀਪੀ ਕੋਲ 13 ਸੀਟਾਂ ਨੇ ਤੇ ਦੋ ਸੀਟਾਂ ਇਸ ਸਮੇਂ ਖਾਲੀ ਨੇ ਵੋਟਰਾਂ ਦੇ ਵਾਸਤੇ ਜਾਣਕਾਰੀ ਹੈ ਕਿ ਜਿਨ੍ਹਾਂ ਨੇ ਵੀ ਮੇਲ ਦੇ ਰਾਹੀਂ ਯਾਨੀ ਕਿ ਚਿੱਠੀ ਦੇ ਰਾਹੀਂ ਵੋਟ ਪਾਉਣੀ ਹੈ ਉਹਨਾਂ ਨੂੰ ਅਕਤੂਬਰ 15 ਤੋਂ ਪਹਿਲਾਂ ਪਹਿਲਾਂ ਰਜਿਸਟਰ ਕਰਨਾ ਪਵੇਗਾ ਤੇ ਨਾਲ ਹੀ ਕੋਵਿਡ-19 ਦੇ ਹਦਾਇਤਾਂ ਦੀ ਪਾਲਣਾ ਕਰਕੇ ਹੀ ਵੋਟਾਂ ਪਾਉਣੀਆਂ ਹੋਣਗੀਆਂ ਜਦੋਂ ਵੀ VOTING ਦੇ ਵਾਸਤੇ ਜਾਣਾ ਹੈ ਜੋ ਕਿ ਐਡਵਾਂਸ ਜਦੋਂ VOTING ਹੋਵੇਗੀ ਉਦੋਂ ਵੀ ਵੋਟਾਂ ਪਾਈਆਂ ਜਾ ਸਕਦੀਆਂ ਨੇ ਤੇ 26 ਅਕਤੂਬਰ ਨੂੰ ਵੀ ਵੋਟਾਂ ਪਾਈਆਂ ਜਾ ਸਕਦੀਆਂ ਨੇ ਜਿੱਥੇ ਇੱਕ ਪਾਸੇ ਵੱਖ-ਵੱਖਰੇ ਸੂਬਿਆਂ ਦੇ ਵਿੱਚ ਚੋਣ ਮੁਹਿੰਮ ਵੀ ਚੱਲ ਰਹੀ ਹੈ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ ਤੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਤਾਂ ਨਾਲ ਹੀ ਕਿਊਬਿਕ ਦੇ ਵਿੱਚ ਜੋ ਫੈਸਲਾ ਲਿਆ ਗਿਆ ਕਿ ਰੈਸਟੋਰੈਂਟਸ ਜੋ ਵੱਡੇ ਸ਼ਹਿਰ ਨੇ ਦੋ ਉਹਨਾਂ ਦੇ ਵਿੱਚ ਉਹਨਾਂ ਦੇ ਡਾਈਨਿੰਗ ਖੇਤਰ ਨੇ ਜਿਹੜੇ ਉਹਨਾਂ ਨੂੰ 28 ਦਿਨ ਦੇ ਵਾਸਤੇ ਬੰਦ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਰੈਸਟੋਰੈਂਟਸ ਐਸੋਸੀਏਸ਼ਨ ਦੇ ਵੱਲੋਂ ਗੁੱਸੇ ਦਾ ਪ੍ਰਟਾਵਾ ਕੀਤਾ ਗਿਆ ਹੈ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਣ ਦੇ ਨਾਲ ਹੀ ਕਈ ਥਾਵਾਂ ਦੇ ਉੱਤੇ ਹਦਾਇਤਾਂ ਨੂੰ ਵੀ ਹੋਰ ਜ਼ਿਆਦਾ ਸਖਤ ਕੀਤਾ ਜਾ ਰਿਹਾ ਹੈ। ਕਯੂਬੈਕ ਦੇ ਵਿੱਚ ਕੁਝ ਇਸੇ ਤਰ੍ਹਾਂ ਹੋਇਆ ਜਿੱਥੇ ਦੋ ਵੱਡੇ ਸ਼ਹਿਰਾਂ ਦੇ ਵਿੱਚ ਰੈਸਟੋਰੈਂਟਸ ਦੇ ਡਾਈਨਿੰਗ ਖੇਤਰ ਨੇ ਜੋ ਜਿੱਥੇ ਬੈਠ ਕੇ ਕਸਟਮਰਸ ਦੇ ਵੱਲੋਂ ਭੋਜਨ ਲਿਆ ਜਾਂਦਾ ਸੀ, ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਜੋ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਉਸ ਮੁਤਾਬਕ ਮੌਂਟਰੀਅਲ ਤੇ ਕਯੂਬੈਕ ਸਿਟੀ ਦੇ ਵਿੱਚ ਇਹ ਲਾਗੂ ਕੀਤਾ ਗਿਆ ਕਿ ਉੱਥੇ ਅਗਲੇ 28 ਦਿਨ ਤੱਕ ਇਨ੍ਹਾਂ ਦੋ ਸ਼ਹਿਰਾਂ ਦੇ ਵਿੱਚ ਰੈਸਟੋਰੈਂਟਸ ਤੇ ਡਾਈਨਿੰਗ ਖੇਤਰ ਨੇ ਜੋ ਉਹ ਬੰਦ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਕਯੂਬਿਕ ਤੋਂ ਰੈਸਟੋਰੈਂਟਸ ਦੀ ਜੋ ਐਸੋਸੀਏਸ਼ਨ ਹੈ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰ ਦੇ ਸਹਿਲਾਨ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਕਾਫੀ ਤੱਕਾ ਲੱਗਿਆ ਕਿਉਂਕਿ ਕੋਵਿਡ-19 ਤੋਂ ਬਾਅਦ ਜਦੋਂ ਹਾਲਾਤ ਆਮ ਵਰਗੇ ਹੋਣੇ ਸ਼ੁਰੂ ਹੋਏ ਸੀ ਕਿ ਉਹਨਾਂ ਨੂੰ ਬਿਜ਼ਨਸ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਦੁਬਾਰਾ ਤੋਂ ਡਾਈਨਿੰਗ ਦੇ ਵਾਸਤੇ ਤਾਂ ਉਹਨਾਂ ਨੇ ਇਹ ਨਾਲ ਜ਼ਿਆਦਾ ਪੈਸਾ ਲਗਾ ਕੇ ਇਹੋ ਜਿਹਾ ਮਾਹੌਲ ਬਣਾਇਆ ਕਿ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਜਿਸ ਦੇ ਵਿੱਚ ਵੱਖ-ਵੱਖਰੇ ਤਰੀਕੇ ਉਹਨਾਂ ਦੇ ਵੱਲੋਂ ਅਪਣਾਏ ਗਏ ਤਾਂ ਕਿ ਉਹ ਗ੍ਰਾਹਕਾਂ ਦਾ ਭਰੋਸਾ ਮੁੜ ਤੋਂ ਜਿੱਤ ਸਕਣ ਤੇ ਕਾਫੀ ਪੈਸਾ ਖਰਚਿਆ ਗਿਆ ਪਰ ਸਰਕਾਰ ਦੇ ਐਲਾਨ ਤੋਂ ਬਾਅਦ ਉਹਨਾਂ ਨੂੰ ਮੁੜ ਤੋਂ ਕਾਫੀ ਜ਼ਿਆਦਾ ਨੁਕਸਾਨ ਹੋਣ ਵਾਲਾ ਹੈ ਕਿਉਂਕਿ ਅਗਲੇ 28 ਦਿਨ ਤੱਕ ਸੂਬੇ ਦੇ ਇਹਨਾਂ ਦੋ ਸ਼ਹਿਰਾਂ ਵਿੱਚ ਡਾਈਨਿੰਗ ਖੇਤਰਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ